ਅਦਾਦਾਰ ਹੈ। ਆਪਣੀ ਤੌਹੀਦ ਦਾ ਵਾਸਤੇ ਹੀ ਇਹਨਾਂ ਦੀਆਂ ਦੁਆਵਾਂ ਕਬੂਲ ਔਰ ਮੁਸਤਜਾਬ ਹੈ। ਇਹਨਾਂ ਸਾਰਿਆਂ ਨੂੰ 14 ਦਾ ਜ਼ਵਾਰ ਬਣਾ। ਐਸੀ ਸਲਵਾਤ ਪੜ੍ਹੋ ਮੁਹੰਮਦ ਵਾਲੇ ਮੁਹੰਮਦ ਰਾਜ਼ੀ ਹੋ ਜਾ। ਸੁਬਹ ਦੀ ਮਜਲਿਸ ਸ਼ੁਰੂ ਹੈ, ਖੂਬਸੂਰਤ ਮਦਾ ਖਾਨ ਪੜ੍ਹ ਗਏ। ਮੇਰੇ ਖਿਆਲ ਮੇਰੇ ਬਾਅਦ ਕਿਸੇ ਨਹੀਂ ਪੜ੍ਹਨਾ, ਹੀ ਮੈਂ ਹੀ ਪੜ੍ਹਨਾ। ਅਤੇ ਹੁਣ ਮੈਨੂੰ ਇਹ ਵੀ ਯਕੀਨ ਹੈ ਬਈ ਜਿਹੜੇ ਬੈਠੇ ਨੇ ਹਲਦੇ ਨੇ। ਅਗਰ ਤੁਸੀਂ ਮਹਿਸੂਸ ਨਾ ਕਰੋ, ਰਿਸ਼ਤੇ ਤਾਂ ਮੇਰੇ ਤੁਹਾਡੇ ਨਾਲ ਕਾਫੀ ਸਾਰੇ ਨੇ, ਬਈ ਮੈਂ ਤੁਹਾਡਾ ਵਿਰਾ ਵੀ ਹਾਂ, ਅਜ਼ੀਜ਼ ਵੀ ਹਾਂ, ਪੁੱਤਰ ਵੀ ਹਾਂ। ਜਿਹੜੇ ਬਜ਼ੁਰਗ ਬੈਠੇ ਨੇ ਜਵਾਨ, ਚਲੋ ਜਿਹੜੇ ਬਜ਼ੁਰਗ ਨਹੀਂ ਆ ਸਕਦੇ, ਜਵਾਨ ਤਾਂ ਅੱਗੇ ਆ ਸਕਦੇ। ਨਜ਼ਰ ਅੱਲਾ ਨੇ ਆਲੇ ਹੁਸੈਨ ਥੋੜ੍ਹਾ ਥੋੜ੍ਹਾ ਅੱਗੇ ਤਸ਼ਰੀਫ ਲਿਆਓ। ਸੋਹਣੀ ਜੀ ਮਜਲਿਸ ਪੜ੍ਹੀਏ ਤਾਂ ਬਸ ਯਾ ਅਲੀ ਯਾ ਅਲੀ। ਇਸ ਤੋਂ ਵੱਡਾ ਮੇਰੇ ਕੋਲ ਵਾਸਤਾ ਕੋਈ ਨਹੀਂ ਜਿਹੜਾ ਮੈਂ ਜਨਾਬ ਦੇ ਸਾਹਮਣੇ ਪੇਸ਼ ਕੀਤਾ ਹੈ। ਥੋੜ੍ਹਾ ਜਿਹਾ ਮਿਹਰਬਾਨੀ ਹੋ ਸੀ, ਉੱਚੀ ਆਵਾਜ਼ ਨਾਲ ਸਲਵਾਤ ਵੀ ਪੜ੍ਹੋ। ਅੱਛਾ ਢੇਰ ਪੜਸਾਂ ਬਾਈ, ਢੇਰ ਪੜਸਾਂ, ਇਨਸ਼ਾਅੱਲਾ ਪੂਰੀ ਮਜਲਿਸ ਪੜਸਾਂ। ਜਿਵੇਂ ਆਖਸੋ ਜਨਾਬ ਨੌਕਰ ਤਾਬੇਦਾਰ ਬਿਸਮਿਲ੍ਲਾਹ ਰਹਿਮਾਨ ਰਹੀਮ ਸਲਵਾ ਅਲ والعاقبت للمتقين والجنة للمباو أدين الصلاة والسلام على سيد الأنبياء والمرسلين شفيع مذنبين ابل کا سمع مکمل صلوات ہو جب والا وصی خلیفہ تے ہی وبنوئے وبا اور سے علم علم الاولی اینا ولا خیرین یا صدیق اکبر فاروق اعظم امیر المومنین صلوات ہو جب صادق آل محمد معصوم فرمانین۔ ਜਿਹੜਾ ਬੰਦਾ ਸਾਡਾ ਨਾਂ ਸੁਣ ਕੇ ਸਾਡੀ ਜ਼ਾਤ 'ਤੇ ਸਲਵਾਤ ਨਹੀਂ ਪੜ੍ਹਦਾ, ਕਾਇਨਾਤ 'ਚ ਉਸ ਤੋਂ ਵੱਡਾ ਬਖੀਲ ਹੀ ਕੋਈ ਨਹੀਂ। ਹਾਂ, ਇੱਥੇ ਬਖੀਲ ਨਹੀਂ ਆ ਸਕਦੇ। ਤੁਹਾਡੇ ਘਰ ਦਾ ਜ਼ਾਕਿਰ ਹਾਂ, ਤੁਹਾਡੇ ਹੱਥਾਂ 'ਚ ਜ਼ਾਕਿਰ ਬਣਿਆ, ਕੋਈ ਜ਼ਾਕਰੀ ਮਾਣ ਨਾਜ਼ ਨਹੀਂ।
ਜੋ ਕੁਛ ਅਤੀਆ ਹੈ ਆਲਮ ਹੂੰ। ਅੱਛਾ ਬਿਸਮ ਸੁਣਾ ਦੇ, ਮੈਂ ਨੌਕਰ ਤਾਬੇਦਾਰ ਹਾਂ, ਬਿਸਮਿਲ੍ਲਾ ਕਰਾਂ। ਬੜੇ ਸੋਹਣੇ ਕਸੀਦੇ, ਬੜੇ ਸੋਹਣੇ ਫਜ਼ਾਇਲ ਕੀਤੇ ਨੇ ਅਜ਼ੀਜ਼ ਨੇ, ਪੁੱਤਰਾਂ ਦੀ ਜਾਏ ਮੌਲਾ ਪੈਨ ਪਾਕ ਨੂੰ ਹੋਰ ਅਰਸ਼ਾਂ ਦੇ ਬਖਤ ਲਾਵੇ। ਸੋਚ ਅੱਛੀ ਹੋਣੀ ਚਾਹੀਦੀ, ਵਰਨਾ ਜਿੰਨਾਂ 'ਤੇ ਆਲੇ ਮੁਹੰਮਦ ਹੱਥ ਹੁੰਦੇ ਇੰਜੇ ਨਹੀਂ ਬੰਦੇ ਮਿੰਬਰ 'ਤੇ ਆਵੇ। ਹਰ ਵਾਸਤੇ ਦੁਆ ਕਰੋ, ਜ਼ਿਕਰ ਜੋ ਕਰੇ ਨੇ, ਇਹ ਕੋਈ ਮੁਕਾਬਲੇ ਵਾਲੀ ਜਾਤ ਹੈ ਨਹੀਂ। ਕਿਹੜੇ ਸੋਹਣੇ ਮੈਂ ਅਲਕਾਬ ਚਾਏ, ਮੈਨੂੰ ਕੁਰਾਨ ਦੀ ਕਸਮ ਹੈ, ਉਸ਼ੀਓ ਸੁਣੀਓ ਇਸ ਅਲੀ ਦੀਆਂ ਧੀਆਂ ਛਤਰੀ ਸ਼ਹਿਰਾਂ 'ਚ ਬੁਰ ਕੇ ਹੋਣ। ਅੱਲਾ ਜਾਣੇ ਕਿਹੜੇ ਰੰਗ ਨਾਲ ਮੁਸਲਮਾਨਾਂ ਲੁੱਟਿਆ, ਇਹ ਵਿਹੜਾ ਬਤੂਲ ਦਾ ਵੱਤ ਆਬਾਦ ਨਾ ਹੋਇਆ। ਨੀਗਰ ਦਾ ਟਾਈਮ ਹੈ, ਬੰਦੇ ਸੁਚੇਂਦੇ ਪੈ ਸੁਣ ਬਈ ਆਪਣੇ ਆਪਣੇ ਘਰਾਂ ਨੂੰ ਵਸਾਂ। ਕਦੀ ਸੋਚੇ ਜੋ ਜ਼ਹਰਾ ਦੀ ਧੀ ਇਕੱਲੀ ਕਿਵੇਂ ਸ਼ਾਮ ਸੁੱਤੀ ਪਈ। ਮੈਂ ਸਦਕੇ ਜਾਵਾਂ, ਬੰਦਿਆਂ ਦੇ ਹੀ ਰੋਣ ਵਾਸਨ, ਖੁਦਾ ਗਵਾਏ ਜਿਤਨੇ ਫਜ਼ਾਇਲ ਹੋ ਜਾਵੇਂ, ਸਿੱਖ ਉਸ ਵੇਲੇ ਮੁੱਕਦੀ ਹੈ ਜਦੋਂ ਆਸੂ ਸ਼ੁਰੂ ਹੁੰਦੇ। ਸੈਯਦਾਂ ਤੁਹਾਡੇ ਘਰ ਦਾ ਜ਼ਾਕਿਰ ਹਾਂ, ਹੱਥ ਚਾ ਕੇ ਦੁਆ ਪਿਆ ਮੰਗਣਾ, ਮੌਲਾ ਤੁਹਾਨੂੰ ਸ਼ਾਮ ਕਰ ਬਲਾ ਦਿਖਾਵੇ, ਅੱਖਾਂ ਨਾਲ ਹੋ ਜਾਈ ਵੇਖੋ ਜਿੱਥੇ ਜ਼ਹਰਾ ਦੀਆਂ ਧੀਆਂ ਔਖੀਆਂ ਹੁੰਦੀਆਂ। ਇੱਕ ਵਾਰੀ ਸਾਰੇ ਆਖੋ ਹਾਏ ਹੁਸੈਨ ਬਾਰਾਂ ਚਮਨ। ਮੈਂ ਸਦਕੇ ਬੰਨਾ, ਆਓ ਰੋ ਲਵੀਏ। ਮੈਂ ਕਾਇਨਾਤ ਕੁਰਬਾਨ, ਮੈਂ ਧੀਆਂ ਕੁਰਬਾਨ ਕਰ ਛੋੜਾਂ। ਦੁਆ ਮੰਗੀ ਕਰੋ, ਇਨਸ਼ਾਅੱਲਾ ਕਹਿਣ ਦੀਆਂ ਧੀਆਂ ਪਰਦੇਸ ਗਰੀਬ ਨਾ ਹੋਣ। ਮੈਂ ਸਦਕੇ ਜਾਵਾਂ, ਬੀਬੀ ਜਾਦੀ ਹੁਸੈਨ, ਮੈਂ ਗਾਦੀ ਦੀ ਭੈਣਾਂ ਮਰ ਗਈ ਹੋਵੇ ਆਲੀ ਦੀ ਧੀ, ਮੈਂ ਨੌਕਰ ਹੱਥ ਨਾ ਬਣਾ ਨਿਆਜ਼ ਮੰਨਾਂ। ਬੜੀ ਰੂਹਾਨੀਅਤ ਹੈ, ਆਦੀ ਰਹੀ ਹੈ ਵੀ ਬਦਮਾਸ਼ ਲੋਗ, ਆਦੀ ਰਹੀ ਹੈ ਮੈਂ ਇਕੱਲੀ ਨਹੀਂ, ਮੇਰੀਆਂ ਭਰਜਾਈਆਂ ਨਾਲ। ਮੈਂ ਬਿਸਮਿਲ੍ਲਾ ਮੰਨੋ, ਹਜ਼ਾਰ ਵਾਰੀ ਆਖਾਂ ਮੈਂ ਬਿਸਮਿਲ੍ਲਾ ਕਰਾਂ। ਆਵਾਜ਼ਾਂ ਦੀ ਮੰਗ ਦੁਆ ਸ਼ਾਲਾ ਭੇਣ ਮਰ ਵੰਜੀ, ਡੀਗਰ ਦਾ ਟਾਈਮ। ਕੱਲ ਮੈਂ ਪਹਿਲੀ ਮਜਲਿਸ ਪੜ੍ਹੀ ਹੈ ਸ਼ਾਹ ਜਮਾਲ, ਬਾਬਾ ਜੀ ਮੈਂ ਦੋ ਬੰਦ ਨਵੇਂ ਪੜ੍ਹੇ, ਇਜਾਜ਼ਤ ਦਿਓ ਤਾਂ ਮੇਰਾ ਦਿਲ ਚਾਹੁੰਦਾ ਬੰਦੇ ਰੋਂਦੇ ਪੈਣ। ਆਦਾ ਪਿਆ ਤੁਰੇ ਮਹਮਲ ਨਹੀਂ, ਅਜਾ ਵਤਨ ਤੂੰ ਆਖੇ ਗਾਦੀ ਨੀਰ ਵਾਖੇ, ਗਾਦੀ ਆਦਾ ਮੈਂ ਆਪਣੀ ਭੈਣ ਨੂੰ ਘਿਨਵਦਾ ਮਜੋ ਜ਼ੈਨਬ ਵਤਨ ਤੇ। ਵਾਹ ਬਾਈ ਵਾਹ, ਵਤਨ ਟਿਕਾ ਨੌਕਰ ਬਾਬਾ। ਸਰਕਾਰ ਵਫਾ ਦਾ ਨਾਂ ਜਦੋਂ ਹੀ ਜ਼ਾਕਰ ਚਾਹੁੰਦਾ, ਉਹ ਭਾਵੇਂ ਫਜ਼ਾਇਲ 'ਚ ਹੀ ਹੋਵੇ ਨਾ, ਬੰਦੇ ਦੀ ਬਾਬਾ ਅੱਖ ਵਸਦੀ ਹੈ।
इमाम दे कदम ते हथ ला के खड़ा है सरदार मैं अपनी भेन नू घिन वैदा वजवा लिया वतन टिका ਆਦਿਆ ਦਾ ਕਿਵੇਂ ਸਫ਼ਰ ਕਰੇ ਸੀ ਜੰਗਲਾਂ ਦੇ ਆਖੇ ਕਦਮਾਂ ਤੇ ਹੱਥ ਲਾ ਕੇ ਰੋ ਰੋ ਕੇ ਦਖੜਾ ਜਿੱਥੇ ਦਿਲ ਆਖੀ ਕਰ ਦਫ਼ਨ ਛੋੜੀ ਮੈਨੂੰ ਚੁੱਪਦਾ ਕਫ਼ਨ ਕਫ਼ਨ ਪਵਾ ਵਾਹ ਭਾਈ ਵਾਹ ਰੋਂਦ ਮੈਨੇ ਆਦਮੀ याद है जिथे दिल आखी जुमला तो मैं आग छोड़े बेपरवाही न कीती करो कोई जाके दा कमाल नहीं मसाह भी वखरे गाद याद है जिथे दिल आखी कर दफन छोड़े मैनू चुपदा कफन पवा कदी तरला नहीं किया कदी मिन्नत नहीं की जेडे सैयद बैठे एक बार हाथ चवे सईद अगला वहन औखा है इजाजत दो मैं वहन कर छोड़ा गादी दी आवाज आती है मौला नौका दी भेण हारे रही बतूल नहीं है धीया तू सफर न करा हुसैन बादशाह दी अखां वसियां बिराद पासे दे कदन मेरी नहीं निभदी ओ जे नाल न होवे मैं सदके जा खातून दी कोल औलादे वाह भाई वाह साडी मंजिल है दीदावी तोड़ी हाय हुसैन अगू सफर ने आन दी मां ए मौजदारा दिया दिया दा न्याज मन हजार वरी आखा नौकर साड़ी मंजिल है दीदामी तोड़ी अगू सफर जो मेरा तुम्हें पर छोड़ा है साड़ी मंजिल है तोड़ी अगू सफर मैं सदके जा नौकर बाबा हजार बारी आखा साड़ी मंजिल दीदामी तोड़ी अगू सफर सोजड़े जवान बैठे हो इमाम दी आवाज आंदी है करबल तू घिन के ओ शाम तोड़ी वैसी पुफिया नाल सजा दे हका बैठे हर मोड़ ते बुरके मैं कायनात कुर्बान कर छोड़ा जी कर साड़ी मंजिल दीदामी तोड़ी अगू सफर सैयद दा करबल तू गिन के शाम तोड़ी वैसी फुफिया नाल सजा दे हर मोड़ ते चादर मंगदा रासी बड़ी
रूहानियत है। मैं पहले आख्या फनकारी नहीं होती इमाम हुसैन अलैहि सलाम तुहाडी अखी दे सामने मंजर आ वेंदा अल्लाह जाने टुरी किवें हौसले नाल 28 रजब बाबा जी मैं इस दफा ए रुकन दे नाल मजलिस पढ़ीए मैं तैयारी पे पढ़दा सबंध मैं पढ़े मेरे बाद इमरान शाह बुरे आला पुत्रां दी जाए उस मेरा मन सुने तो रोवन लग पे उस एक चिट दिती मैंने दा बाबा जी ये 2 17 पढ़ छोड़ अगर इजाजत दे तो सुना दे सैयदियां दी अब्बास फहरिस्त तैयार कर मैं नाने दी उम्मत नाल वादा कर आया मैं मगरिब दी नमाज मदीने नहीं पढ़ी। वाह भाई वाह क्या बात है मैं सदके जावा सैयदी आवाज दिया गाली तैयारी कर मैं वतन छुड़े ना अब्बास कागज कलम गिनाया हौसले ना दे सरदार दे पेश कर लग जी कर मैं इज्जत के जा इसे गल दा जवाब दे सरदार दे सामने पेश कीती है सैयद दी आवाज आंदी अब्बास लिखना तैं लिखवावना मैं गादी दा दस्तूर आई इमाम दी तरफों कोई तहरीर लिखे ना सरनामे ते 2 17 लिखते आएं पहली 17 ते लिखते आएं बिस्मिल्लाह रहमान रहीम दूजी 17 ते लिखते आएं नसरो मिन अल्लाह व फतान करीब हसबे आदत बादू है 17 लिखी हैं शबीर बिरादी दर्द चुके सैयदी आवाज दिया पहली 17 रांडे दूजी 800 सैयद दा नसर मिन अल्लाह लिख दे जेड़ा वसन पिया वे लावे सैयद दा मैं कला नहीं मेरी भेड़ी नाल वाह भाई वाह क्या माहौल है यार मौला के लिखा हौसले नाल सुने भाई के लिखा इमाम फरमाया नस्म नु मिन अल्लाह कट लिख इन्ना लिल्लाह हाय कर छोड़ हे भाई इन्ना इलाही राजऊं वजूद कम दप है इमाम फरमाया गाजी हौसले नाल ते सबर नाल जिवें मैं आखूं लिखदा वंदे कलम चाहिए इमाम फरमाया फिरावां दे नाल लिख पुत्रां दे नाल भतीजियां दे नाल भणेजियां दे नाल बाबा जी बंद सुनना भतीजियां दे नावां दे बाद हुसैन बाद सादी दाड़ी हंजुआ नाल पुछदे सैयद दी आवाज आंदी अब्बास तू अपने दौर दा अली है मैं हुसैन वड्डा गरीब हौसले नाल ते सबर नाल लिख हुण मेरी भेणी दे नाल लिख हाय सैयद दी आवाज आंदी गादी पहले पहले लिख जा ज़ैनब बिनत अली असीरे शाम अब्बास दा सबार अजमा नहीं सुनी गादिया दा मैं उमल बनी लिख सकदा मैं तू भेड़ दा ना लिखवा करो मातम हे मौजा धारा दिया धीया दा मैं उमल बनी ता लिख सकदा मैं तू भेड़ दा ना आबाद शाद रहो जिंदा सलामत रहो ये कोई वखरा इश्क ने ये कोई वखरा जिक्र एडी तासीर ना खत्म हो सकती है ना इस जिक्र नू कोई मिटा सकता है कई जाकर आए पढ़ पढ़ के रोंदे रोएंदे टुर गए असा तो कबर च हुसैन रोना
ਮੇਰੀ ਸ਼ਾਇਨ ਜਿਤਨੇ ਆਏ ਬੈਠੇ ਇਹਨਾਂ ਦੀਆਂ ਦੁਆਵਾਂ ਕਬੂਲ ਫਰਮਾ। ਹਾਂਜੀ ਉਹਦਾ ਸਦਕਾ ਇਹਨਾਂ ਨੂੰ ਕਹਿੰਦਾ ਮੁਹਤਾਜ ਨਾ ਕਰੇ। ਹਾਂਜੀ ਸਾਫ ਕਰਕੇ ਸਾਰੇ ਸਾਹਿਬਾਨ ਸਲਵਾਤ ਦੀ ਤਿਲਾਵਤ ਫਰਮਾ। ਮਾਸ਼ਾਅੱਲਾ ਕਿਆ ਬਾਤ ਹੈ। ਅਗਰ ਥੱਕ ਨਾ ਗਏ ਹੋ ਤੇ ਇੱਕ ਹੋਰ ਕਬੂਲੀਅਤ ਵਾਲੀ ਸਲਵਾਤ ਪੜ੍ਹੋ। ਸਾਲ ਦੇ 12 ਮਹੀਨੇ ਗੱਲ ਮੁਕਦੀ 12-14 ਤੇ ਅੱਲਾ ਨੇ 3 ਮਹੀਨੇ ਵੱਖਰੇ ਬਣਾਏ। ਰਜਬ ਦਾ ਮਹੀਨਾ, ਸ਼ਾਬਾਨ ਦਾ ਅਤੇ ਅਗਲਾ ਆ ਗਿਆ ਨੇ ਬਿਸਮਿਲ੍ਲਾ ਕਰਾਂ। ਇਹ ਵੀ ਬਰਕਤ ਵਾਲਾ ਮਹੀਨਾ, ਰਹਿਮਤ ਵਾਲਾ ਮਹੀਨਾ, ਰਜਬ ਅਮੀਰ ਮੋਮਿਨੀਨ ਦਾ ਮਹੀਨਾ, ਤੁਹਾਡੇ ਸਰਦਾਰ ਦਾ ਮਹੀਨਾ, ਸ਼ਾਬਾਨ ਹੈ ਸੁਲਤਾਨੁਲ ਅੰਬੀਆ ਦਾ ਮਹੀਨਾ, ਰਮਜ਼ਾਨ ਹੈ ਅੱਲਾ ਦਾ ਮਹੀਨਾ। ਸਮਝ ਨਹੀਂ ਆਈ, ਹਾਲਾਂਕਿ ਹੱਕ ਬਣਦਾ ਹੀ ਖਾਲਿਕ ਦਾ ਬਈ ਪਹਿਲਾ ਮਹੀਨਾ ਆਪਣਾ ਰੱਖਿਆ। ਅਗਰ ਮੈਂ ਖਿਆਲਾਤ ਵਿੱਚ ਪੁੱਛਿਆ, ਮੈਂ ਆਖਿਆ ਮੇਰੇ ਅੱਲਾ ਇਹ ਤੀਸਰਾ ਮਹੀਨਾ ਆਪਣਾ ਰੱਖਿਆ ਹੀ, ਪਹਿਲਾ ਮਹੀਨਾ ਅਲੀ ਦਾ, ਰਜਬ ਹੈ ਅਲੀ ਬਾਦਸ਼ਾਹ ਦਾ। ਅੱਲਾ ਫਰਮਾਇਆ ਇਸ ਵਾਸਤੇ ਦੁਨੀਆ ਨੂੰ ਸਮਝ ਲੱਗੇ ਅਲੀ ਬੁਲੰਦ ਹੈ। ਇਹ ਪੜ੍ਹਨਾ ਅੱਛਾ, ਚਲੋ ਜੀ ਸੁਣਾ ਦਿੰਦਾ ਇਹਨਾਂ ਦੀ ਮਨਸਾ ਜੀ। ਮੈਂ ਅੱਗੇ ਵੀ ਇਹਨਾਂ ਦੀ ਮੰਨਤਾ, ਤੁਹਾਡੀ ਮਨਸਾ, ਸ਼ਾਮੇ ਹੁਸੈਨ ਕੀ ਹੈ ਸਵੇਰੇ ਹੁਸੈਨ ਕੇ। ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ, ਸ਼ੁਕਰੀਆ। ਸ਼ਾਮੇ ਹੁਸੈਨ ਕੀ ਹੈ ਸਵੇਰੇ, ਇਸ ਮਹੀਨੇ ਨੂੰ ਹੁਣ ਦੇ ਰੱਖਣਾ ਬਾਈ, 8-10 ਕਸੀਦੇ ਮੈਂ ਪੜ੍ਹਨੇ। ਸ਼ਾਮੇ ਹੁਸੈਨ ਕੀ ਹੈ ਸਵੇਰੇ ਹੁਸੈਨ ਕੇ, ਆ ਕਰਬਲਾ ਮੈਂ ਦੇਖ ਤੂੰ ਡੇਰੇ ਹੁਸੈਨ ਕੇ। ਜਿਹੜਾ ਬੰਦਾ ਬੋਲ ਨਹੀਂ ਸਕਦਾ ਨਾਲ ਵਾਲੇ ਦਾ ਮੋਢਾ ਤਾਂ ਹਿਲਾ ਸਕਦਾ ਬਾਈ, ਉਹ ਸਾਹ ਲੈਣਾ ਇਬਾਦਤ ਨੇ। ਆਲੇ ਮੁਹੰਮਦ ਦੇ ਜ਼ਿਕਰ ਸੀ, ਨਾ ਕੋਈ ਮੇਰਾ ਅਹਿਸਾਨ ਨਾ ਕੋਈ ਤੁਹਾਡਾ ਅਹਿਸਾਨ, ਉਹਨਾਂ ਦੇ ਅਹਿਸਾਨ ਹੈ ਜਿਹਨਾਂ ਦੇ ਜ਼ਿਕਰ ਚਾਹੇ ਬੈਠੇ ਹੋ। ਸ਼ਾਮੇ ਹੁਸੈਨ ਕੀ ਹੈ ਸਵੇਰੇ ਹੁਸੈਨ ਕੇ, ਆ ਕਰਬਲਾ ਮੈਂ ਦੇਖ ਤੂੰ ਡੇਰੇ ਹੁਸੈਨ ਕੇ। ਜੁਮਲਾ ਸੁਣਨਾ ਹੈ, ਮਿਲਤੀ ਨਹੀਂ ਹੈ ਕਬਰ ਵੀ ਤੇਰੇ ਯਜ਼ੀਦ ਕੀ, ਸਾਕਿਬ ਹੈ ਜਸ਼ਨ ਆਜ ਵੀ ਮੇਰੇ ਹੁਸੈਨ ਕੇ। ਪਹਿਲੀ ਸ਼ਾਬਾਨ ਆਲੀ ਹੁਸੈਨ ਦੀਆਂ, ਦੂਸਰੀ ਸ਼ਾਬਾਨ, ਫਿਰ ਤੀਸਰੀ। ਹੁਣ ਤੀਸਰੀ ਸ਼ਾਬਾਨ ਨੂੰ ਦੇਣੇ 'ਚ ਰੱਖੋ ਤਾਂ ਮੈਂ ਇੱਕ ਖੂਬਸੂਰਤ ਜਿਹੀ ਰੁਬਾਈ ਸੁਣਾਉਣ ਲੱਗਾ। ਪਹਿਲੀ 70 ਹੀ ਬੜੀ ਕਮਾਲ ਹੈ, ਲਾਨਤ ਅੱਪੜ ਵੈਂਦੀ ਨਾ ਚਾਹਵਣ ਦੀ ਲੋੜ ਕਿਹੜੀ, ਲਾਨਤ ਸੇ ਫਿਰ ਜੇ ਮੂੰਹ ਹੁਆ ਤਾਜ਼ਾ ਯਜ਼ੀਦ ਕਾ। ਮਿਹਰਬਾਨੀ, ਬੜੀ ਮਿਹਰਬਾਨੀ, ਇਸ ਕੁੱਤੇ 'ਤੇ ਲਾਨਤ ਭੇਜੋ, ਜਿਹੜਾ ਲਾਨਤ ਨਹੀਂ ਭੇਜਦਾ ਉਸ 'ਤੇ ਵੀ ਲਾਨਤ ਇਹਨੇ, ਬੇਸ਼ੁਮਾਰ ਬੇਸ਼ੁਮਾਰ। ਲਾਨਤ ਸੇ ਫਿਰ ਜੇ ਮੂੰਹ ਹੁਆ ਤਾਜ਼ਾ ਯਜ਼ੀਦ ਕਾ, ਸਾਕੇ ਬਿਖਰ ਗਿਆ ਹੈ ਸ਼ਿਰਾਜ਼ਾ ਯਜ਼ੀਦ ਕਾ। ਸ਼ਾਬਾਨ ਕੀ ਹੈ ਤੀਸਰੀ, ਆਇਆ ਹੁਸੈਨ ਹੈ ਨਿਕਲਾ ਹੁਆ ਹੈ ਆਜ ਜਨਾਜ਼ਾ ਯਜ਼ੀਦ ਕਾ। ਅੱਲਾ ਨੇ ਲਫਜ਼ ਕੁਨ ਆਖੇ ਅਤੇ ਕਾਇਨਾਤ ਬਣੀ, ਕਿਉਂਕਿ ਮੈਂ ਹੋਰ ਕੋਈ ਕਸੀਦਾ ਪੜੂਆ ਤੇ ਇਹਨਾਂ ਬੱਚਿਆਂ, ਬੜਾ ਕਮਾਲ ਕਸੀਦਾ ਹੈ ਇਸ ਸਾਲ ਦਾ, ਮੈਨੂੰ ਬੜਾ ਪਸੰਦ ਆਇਆ। ਸ਼ਬੀਰ ਕੋ ਨਮਾਜ਼ ਨਾ ਪਿਆਰੀ ਹੋ ਕਿਸ ਲੀਏ, ਮੈਨੂੰ ਵੇਖਿਆ ਜਿਹੜੇ ਜਵਾਨ ਬੈਠੇ, ਸ਼ਬੀਰ ਕੋ ਅਕਬਰ